ਸ੍ਰੀ ਮੁਕਤਸਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਉਹਨਾਂ ਦਾ ਕਹਿਣਾ ਕਿ ਪੜੋਸੀ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਬਿਜਲੀ ਦੀਆਂ ਕੀਮਤਾਂ ਸਭ ਤੋਂ ਵੱਧ ਨੇ। ਇਸ ਨੂੰ ਲੈ ਆਮ ਆਦਮੀ ਪਾਰਟੀ ਨੇ ਸ੍ਰੀ ਮੁਕਤਸਰ ਸਾਹਿਬ ਵਿੱਚ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਮਹਿੰਗੀ ਬਿਜਲੀ ਤੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਗਦੇਵ ਬਾਮ ਨੇ ਕਿਹਾ ਕਿ ਪੰਜਾਬ ਨੇ ਕਾਂਗਰਸ ਦੀ ਜਗ੍ਹਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦਾ ਮੁਖੀ ਬਣਾਇਆ ਸੀ ਤਾਂ ਜੋ ਪੰਜਾਬ ਵਿੱਚ ਸਹੂਲਤਾਂ ਵੱਧ ਸਕਣ, ਪਰ ਪੰਜਾਬੀਆਂ ਨੂੰ ਇਸ ਦਾ ਅਫਸੋਸ ਹੋ ਰਿਹਾ ਹੈ। ਦੱਸ ਦਈਏ ਕਿ ਇਸ ਬਿਆਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਪ੍ਰਧਾਨ ਹਰਚਰਨ ਬਰਾੜ ਸੋਥਾ ਨੇ ਕਿਹਾ ਹੈ ਕਿ ਲੋਕ ਸਿਰਫ ਚੋਣਾਂ ਦੇ ਸਮੇਂ ਹੀ ਮੁੱਦੇ ਲੈ ਕੇ ਆਉਂਦੇ ਨੇ ਅਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਜਦਕਿ ਕੈਪਟਨ ਸਰਕਾਰ ਪੰਜਾਬ ਦੇ ਲਈ ਦਿਨ ਰਾਤ ਯਤਨ ਕਰ ਰਹੀ ਹੈ। ਰੌਲਾ ਸਿਰਫ ਵਿਰੋਧੀ ਪਾਉਂਦੇ ਹਨ ਜਿਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੈ। ਪੰਜਾਬ ਦੇ ਖਜ਼ਾਨੇ ਦੀ ਸਥਿਤੀ ਦੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਦਾ ਕਰੋੜਾਂ ਦਾ ਕਰਜ਼ਾ ਮਾਫ਼ ਕਰ ਚੁੱਕੇ ਹਨ ਔਰ ਅੱਗੇ ਤੋਂ ਵੀ ਕਰਦੇ ਰਹਿਣਗੇ। ਬਿਜਲੀ ਬੋਰਡ ਦਾ ਪ੍ਰਬੰਧ ਵੀ ਕਰਨਾ ਹੈ, ਪੰਜਾਬ ਦੇ ਲੋਕਾਂ ਨੂੰ ਬਿਜਲੀ ਸਹੂਲਤ ਵੀ ਦੇਣੀ ਹੈ, ਪੰਜਾਬ ਦਾ ਵਿਕਾਸ ਵੀ ਕਰਨਾ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਦਾ ਪੈਸਾ ਪੰਜਾਬ ਵਿੱਚ ਲਾਉਣਾ ਚਾਹੁੰਦੇ ਹਨ ਅਤੇ ਕੁਝ ਲੋਕ ਚੋਣਾਂ ਸਮੇਂ ਝੂਠੀਆਂ ਫਾਹਾਂ ਫੈਲਾ ਕੇ ਵੋਟਾਂ ਬਟੋਰਨੀਆਂ ਚਾਹੁੰਦੇ ਹਨ ਔਰ ਪਰ ਕੈਪਟਨ ਅਮਰਿੰਦਰ ਸਿੰਘ ਅਤੇ ਜਾਖੜ ਸਾਹਿਬ ਦੇ ਪੰਜਾਬ ਪ੍ਰਤੀ ਕੀਤੇ ਕੰਮਾਂ ਦੀ ਉਹ ਰੀਸ ਨਹੀਂ ਕਰ ਸਕਦੇ, ਨਹੀਂ ਕਰ ਸਕਦੇ। ਪੰਜਾਬ ਤੋਂ ਬਿਜਲੀ ਖਰੀਦ ਕੇ ਹਰਿਆਣਾ ਨਾਲ ਆਪਣੇ ਸੂਬਾ 4 ਰੁਪਏ ਕੁਛ ਯੂਨਿਟ ਦੇ ਰਿਹਾ। ਦਿੱਲੀ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ, ਉਹ 1 ਰੁਪਇਆ ਯੂਨਿਟ ਤੋਂ ਲੈ ਕੇ 4.25 ਰੁਪਏ ਤੱਕ ਯੂਨਿਟ ਬਿਜਲੀ ਦੇ ਰਹੀ ਹੈ ਅਤੇ ਪੰਜਾਬ ਦੇ ਵਿੱਚ 8 ਰੁਪਏ 9 ਰੁਪਏ 9 ਰੁਪਏ 10-10 ਰੁਪਏ ਤੱਕ ਜੋ ਬਿੱਲ ਆ ਰਹੇ ਆ ਸਰ ਲੋਕਾਂ ਨੂੰ। ਇੱਕ ਮਜ਼ਦੂਰ ਵੀਰ ਹੈ ਉਹਦਾ ਅਸੀਂ ਬਿੱਲ ਵੇਖ ਕੇ ਹੈਰਾਨ ਰਹਿ ਗਏ, 1,10,000 ਰੁਪਏ ਦਾ ਬਿੱਲ, ਇੱਕ ਪੱਖਾ ਅਤੇ ਇੱਕ ਬਲਬ ਜਗਦਾ ਉਹਦੇ, ਜੋ ਵਾਅਦਾ ਕਰਕੇ ਆਏ ਸੀ ਚਾਹੁੰਦਾ ਪੰਜਾਬ ਕੈਪਟਨ ਦੀ ਸਰਕਾਰ, ਅੱਜ ਪਛਤਾਉਂਦਾ ਪੰਜਾਬ ਕੈਪਟਨ ਦੀ ਸਰਕਾਰ। ਇਹ ਮੈਂ ਇਸ ਨੂੰ ਮੈਂ ਕੈਪਟਨ ਦੇ ਨਾਮ 'ਤੇ ਇਹਨਾਂ ਨੇ ਇਲੈਕਸ਼ਨ ਲੜਿਆ ਸੀ ਤਾਂ ਅੱਜ ਇਹ ਕੈਪਟਨ ਦਾ ਹੱਕ ਬਣਦਾ ਪੰਜਾਬ ਨੂੰ ਸਸਤੀ ਬਿਜਲੀ ਦੇਵੇ। ਬਿਊਰੋ ਰਿਪੋਰਟ, ਦਾ ਟੀਵੀ, NRI।